मैं तिहाई मशहूर हाँ तुस सुन अज जो प्रोग्राम किता है या जो इसकबाल इसका वो नाकबले फरामोश है बड़े बुजुर्गों में चूंकि ये मेरा दूसरा प्रोग्राम है मैं इब्तदई रशीदे ग्राम तो पहला प्रोग्राम माड़ा रशीदे हो उसको उस बेच में को इतना एतमाद और खलूस तुम्हें सुन दिता सी मैं जितथा भी गया अभी मेहरबानी ना लोगों सुन बड़ा वेलकम किता है और बड़ा एतमाद दताे चूंकि मैं गल्ह तो काफ़ी सारिया कर सी लेकिन हूँ चूंकि मुनासिब नहीं ये माड़े पाथरी सरबलंद खान सुन भी बड़ी गला कर कीतियाँ उस ख़ानदान के बारे में जिस खानदान सुन तो सारा जमाना हुक्मरानी की थी है और दो कौमों को लड़ाना बगैर और कोई कम नहीं किया तो छोटे प्रभु माड़े सुन फारूक शाह सुन भी उसकी वजहत कर की तुम इलैक्शन के हवाले ना दो चार गल् कर सूँकि जिस वक्त मुस्लिम लीग का टिकट मिले तो एक भूचाल आ गया ਮੜਾ ਖਿਆਲ ਹੈ ਅਗਰੋਰ ਦੇ ਅੰਦਰ ਔਰ ਤਣਾਵਲ ਦੇ ਅੰਦਰ ਅਗਰ ਇਹ ਟਿਕਟ ਕਿਸੇ ਔਰ ਬੰਦੇ ਕੋ ਮਿਲਦਾ ਸ਼ਾਇਦ ਇਤਨੀ ਪਰੇਸ਼ਾਨੀਆਂ ਨਾ ਹੋਸਤੇ ਨੋਦੀ ਤੁਸੀਂ ਅچھے ਸਮਝਦਾਰ ਲੋਕ ਹੋ ਤੁਸਾਂ ਕੋ ਅਛੀ ਗੱਲ ਤਾਂ ਪਤਾ ਇਸਤਾ ਯਾਰਾ ਉਹਨਾਂ ਕੋ ਤਕਲੀਫ ਕਿਆ ਹੋਈ ਏ ਮੜੇ ਭਰਾ 25 ਸਾਲ ਬਜ਼ੁਰਗੋ 25 ਸਾਲ ਉਹਨਾਂ ਨਾਲ ਮੇ ਗੁਜ਼ਾਰਨ 25 30 ਸਾਲ ਜ਼ਿੰਦਗੀ ਦਾ ਬਿਹਤਰੀਨ ਐਸਾ ਔਰ ਜਿਸ ਵਕਤ ਮ ਕੋ ਟਿਕਟ ਮਿਲਿਆ ਤੇ ਮ ਕੋ ਕਈ ਲੋਕ ਸੁਣੇ ਗਾਲਾਖੀ ਕਰ ਉਹ ਇਲੈਕਸ਼ਨ ਨਹੀਂ ਕਰਦੇ ਲੇਕਿਨ ਉਸ ਤੋਂ ਬਾਅਦ ਜਿਸ ਵਲੇ ਟਿਕਟ ਅਨਾਉਂਸ ਹੋ ਕੇ ਕਲੀਅਰ ਹੋ ਗਿਆ ਤੇ ਉਹਨਾਂ ਸੁਣ ਕਿਸਮ ਕਿਸਮ ਦੇ ਹਥਕੰਡੇ ਇਸਤੇਮਾਲ ਕਰਨਾ ਸ਼ੁਰੂ ਕੀਤੇ ਅਲਜ਼ਾਮਾਂ ਲਾਣਾ ਸ਼ੁਰੂ ਕੀਤੇ ਉਹ ਸਰਦਾਰ ਸਾਹਿਬ ਜਿਸ ਦੀ ਉਹ ਰਾਤੀ ਜੜੀ ਗੀਤ ਗਾਉਂਦੇ ਆ ਸੇ ਉਹਦਾ ਬੇਟਾ ਵੀ ਦੋ ਦਫਾ ਇਸ ਟਿਕਟ ਤਾਂ ਇਲੈਕਸ਼ਨ ਲੜਿਆ ਉਸ ਕੋ ਆਪਣਾ ਦੁਨੀਆ ਦੀ ਹਰ ਹਰ ਲਕਬ ਨਾਲ ਉਸ ਕੋ ਪੁਕਾਰ ਦਿਆ ਸੇ ਲੇਕਿਨ ਉਹ ਹੀ ਸਰਦਾਰ ਸਾਹਿਬ ਉਸ ਦੀ ਉਹ ਮੁਖਾਲਫਤ ਸ਼ੁਰੂ ਕਰ ਦਿੱਤੀ ਕੈਪਟਨ ਸਾਹਿਬ ਦਾ ਨਾਂ ਜਿਥਾਂ ਦੇ ਉਥੇ ਤੇ ਜ਼ਾਤੀ ਤੌਰ ਤੇ ਉਹਨਾਂ ਨੂੰ ਦੁੱਖ ਹੋ ਜੁਲਦੇ इस वास्ते दुख आ चूंकि कैप्टन साहब ने इस इलाके अंदर कम कि इस इलाके तकदीर बदली है तुम यकीन मन सो मैं तनावल अंदर गया मगोलो जाती तौर होता बड़ा बड़ी खुशी महसूस हुई और मैं कैप्टन साहब का तो शुक्रिया भी अदा किया यार इतने बड़े कम करके यकीन मनसो एक करोड़ी यूनियन कौंसिल पर मैं कुत्थ एक बंद उठने आया शाह साहब इस यू यूसी पर दस अरब रुपये का कम किया ਦੇਖੋ ਜੀ ਜਿਸ ਵੇਲੇ ਇਨਸਾਨ ਦਾ ਵਾਸਤਾ ਪੈਂਦਾ ਕਿਸ ਨਾਲ ਤੇ ਤਾਂ ਪਤਾ ਚੱਲਦਾ ਤੇ ਮੈਂ ਬਾਰੀ ਤਾਲਾ ਆ ਗਿਆ ਸਵਾਲ ਕੀਤਾ ਬਾਰੀ ਤਾਲਾ ਇਸ ਸ਼ਖਸ ਨੇ ਮੇਰੇ ਉਤਰ ਇਤਮਾਦ ਕੀਤੇ ਇਸ ਸਰਦਾਰ ਸਾਹਿਬ ਨੇ ਮੇਰੇ ਉਤਾ ਇਤਮਾਦ ਕੀਤੇ ਬਾਰੀ ਤਾਲਾ ਇਹਨਾਂ ਲੋਕਾਂ ਦੇ ਇਤਮਾਦ ਤਮ ਕੋ ਪੂਰਾ ਉਤਰਦਨ ਦੀ ਤੋਫੀਕ ਦੇਈ ਆਮੀਨ ਮਲੇ ਭਰਾਓ ਜਿਸ ਵਕਤ ਮੈਂ ਕੋ ਟਿਕਟ ਮੈਂ ਜਮ ਕਰਾਇਆ ਤੇ ਉਸ ਵਕਤ ਇਹਨਾਂ ਸੁਨਾ ਕੋ ਪਹਿਲੇ ਇਸ ਗੱਲ ਦਾ ਅੰਦਾਜ਼ਾ ਨਾ ਸਹੀ ਰੇ ਸ਼ਖਸ ਕੋ ਟਿਕਟ ਮਿਲਸੀ ਕਿਉਂਕਿ ਇਹ ਜਿਹੜੀ ਮੁਸਲਮ ਲੀਗ ਹੈ ਇਸ ਦਾ ਟਿਕਟ ਲੋਕਾਂ ਕੋ ਆਸਾਨੀ ਨਾਲ ਨਹੀਂ ਮਿਲਦਾ ਉਸ ਦੀ وجہ ਇਹ ਜਿਹੜੀ ਪਾਰਟੀ ਹੈ ਇਹ ਮਿਹਨਤ ਕਸ਼ਣ ਦੀ ਪਾਰਟੀ ਹੈ ਸਫੈਦ ਲੋਕ ਸਫੈਦ ਪੋਸ਼ ਲੋਕਾਂ ਦੀ ਪਾਰਟੀ ਹੈ ਇਸ ਵਿੱਚ ਟਿਕਟ ਇਤਨੀ ਆਸਾਨੀ ਨਾਲ ਨਹੀਂ ਮਿਲਦਾ ਔਰ ਇਸ ਗਲਤ ਆਬਜ਼ਦਾ ਸੇ ਯਾਰ ਇਹ ਟਿਕਟ ਕਈ ਅਤਕੜਨੇ ਵੀ ਨਾ ਇਸਤੇਮਾਲ ਕੀਤੇ ਕਈ ਲੋਕਾਂ ਕੋ ਪਾਰਟੀ ਦੇ ਅੰਦਰ ਵੀ ਫੁੱਟ ਪੈਦਾ ਕੀਤੀ ਯਾਰ ਇਸ ਸ਼ਖਸ ਕੋ ਤੁਸੀਂ ਟਿਕਟ ਨਾ ਦਿਓ ਬਾਕੀ ਜਿਸ ਨੂੰ ਵੀ ਦੇਂਦੇ ਹੋ ਅਸੀਂ ਤੁਸਨ ਨਾਲ ਜਾਣੀ ਵਾਲੀ امداد ਕਰਸਾਂ ਤੁਸੀਂ ਆਪ ਸੋਚੋ ਇਹਨਾਂ ਦੇ 5 ਸਾਲ ਮੈਂਦੀ ਪਾਰਟੀ ਦੇ ਅਸਰ ਹੈ ਔਰ ਬੜਾ ਫਾਲ ਕਰਦਾਰ ਇਹਦੀ ਪਾਰਟੀ ਦੇ ਅੰਦਰ ਮੇ ਅਦਾ ਕੀਤੇ ਮਰਜੀ ਸ਼ਖਸ ਕੋਈ ਨਾ ਕਬੂਲ ਇਸ ਵਸਤ ਨਹੀਂ ਕੀਤਾ ਇਹ ਆਪਣੇ ਘਰ ਤੋਂ ਇਲਾਵਾ ਕਿਸੇ ਆਦਮੀ ਕੋ ਬਰਦਾਸ਼ਤ ਹੀ ਨਹੀਂ ਕਰਦੇ ਔਰ ਵਜੀ ਉਸਮਾਨ ਖਾਨ ਦੀ ਮੈਂ ਜ਼ਾਤੀ ਤੌਰ ਤੇ ਉਸ ਦਾ ਸ਼ੁਕਰੀਆ ਅਦਾ ਕਰਸਾ ਕਿਉਂਕਿ ਮੈਂ ਤੇ ਫਖਰ ਖਾਨ ਦੇ ਕਾਗਜ਼ਾਤ ਜਮ ਹੋਇਆ ਸੀ ਆਖਰੀ ਮਰਾਇਲ ਵਿੱਚ ਲੇਕਿਨ ਜਿਸ ਵੇਲੇ ਮੈਂ ਕੈਪਟਨ ਸਾਹਿਬ ਕੋ ਇਹ ਗੱਲ ਆਹੀ ਅਗਰ ਵਜੀ ਉਸਮਾਨ ਖਾਨ ਦਾ ਬੇਟਾ ਇਲੈਕਸ਼ਨ ਕਰ ਦੇ ਤੇ ਮੈਂ ਇਲੈਕਸ਼ਨ ਨਾ ਕਰਨਾ ਚਾਹਦਾ ਮੁਨਾਸਬ ਨਹੀਂ ਬੜਾ ਆਦਮੀ ਹੈ ਬੜਾ ਕਾਰ ਹੈ ਹਮੇਸ਼ਾ ਸਿਆਸਤ ਕਰਦਾ ਰਿਹਾ ਹੈ ਤੇ ਮੋਕੂ ਜ਼ਾਤੀ ਤੌਰ ਉਤਬ ਇਸ ਲਈ ਇਤਨਾ ਵਕਤ ਵੀ ਮੜ ਕੋ ਨਹੀਂ ਤੇ ਮੇ ਇਲੈਕਸ਼ਨ ਉਹਨਾਂ ਮਕਾ ਹੈ ਸ਼ਾਜੀ ਗੱਲ ਇਸ ਤਰੇ ਖਾਨ ਸਾਹਿਬ ਇੱਕ ਅਛਾ ਆਦਮੀ ਔਰ ਕਰਤਾਰ ਦਾ ਮਾਲਕ ਹੈ ਮੂਗ ਨਾਲ ਉਹਨਾਂ ਫੈਸਲਾ ਕੀਤਾ ਸ ਹੈ ਇਸ ਗੱਲ ਦਾ ਯਾਰ ਇਲੈਕਸ਼ਨ ਮੈਂ ਨਾ ਕਰਸਾਂ ਤੂੰ ਜਿਸ ਆਦਮੀ ਗੋਟੇਖੜ ਦੇ ਸੀ ਮੇ ਸ਼ਹਿਰ ਨਾਲ ਉਸ ਉਹ ਖੋਇ ਪਾੜ ਦੀ ਚੋਟੀ ਦਾ ਆਦਮੀ ਕੀ ਨਾ ਹੋਏ ਮੈਂ ਤੁਰਿਤ ਉਸ ਦੀ ਬਠਾਲ ਕੀ ਮੀਟਿੰਗ ਕਰਸਾਂ ਔਰ ਮੂ ਕੋ ਯਕੀਨ ਹੈ ਉਹ ਫੈਸਲਾ ਆਪਣਾ ਵਾਪਸ ਕੈਂਸੀ ਔਰ ਬੱਚੇ ਦੇ ਕਾਗਜ਼ਾਤ ਵਾਪਸ ਕਰਸੀ ਦੁਨੀਆ ਵਿੱਚ اخلاق ਔਰ ਕਰਦਾਰ ਬੜੀ ਸ਼ੈ ਜਿਸ ਇਨਸਾਨ ਦਾ اخلاق ਔਰ ਕਰਦਾਰ ਬਿਹਤਰ ਹੋਏ ਮੜਾ ਖਿਆਲ ਹੈ ਦੁਨੀਆ ਵਿੱਚ ਸਭ ਤੋਂ ਬਿਹਤਰ ਇਨਸਾਨ ਹੋਈ ਹੈ ਅਸੀਂ ਜਿਸ ਵੇਲੇ اسلامਬਾਦ ਗਿਆ ਉਸ ਨੂੰ ਇਤਨੀ ਆਲਾ ਜ਼ਰਫੀ ਦਾ ਮੁਜ਼ਾਹਿਰਾ ਕੀਤਾ ਕਿ ਜਿਸ ਦੀ ਕੋਈ ਇੰਤਿਹਾ ਨਹੀਂ ਉਸ ਆਇਆ ਤੂੰ ਸਹੀ ਦੇ ਤੁਸੀਂ ਮੇਰੇ ਕੋਲ ਆ ਗਏ ਹੋ ਕਿਉਂਕਿ ਮੜਾ ਬੱਚਾ تعلیم ਕਰਦਾ ਤੇ ਇਹ ਤਹਿਸੀਲ ਦਾ ਬੜਾ ਲੋਡ ਹੈ ਤੇ ਇਸ ਵਾਸਤੇ ਮੈਂ ਥੋੜੇ ਥੋੜੇ ਮੁਕਾਬਲੇ ਵਿੱਚ ਆਪਣੇ ਬੱਚੇ ਦਾ ਇਲੈਕਸ਼ਨ ਨਾ ਕਰਾਣਾ ਚਾਹੁੰਦਾ ਔਰ ਮੈਂ ਆਪਣੇ ਕਾਗਜ਼ਾਤ ਵਾਪਸ ਕਰਦਾ ਤੁਸੀਂ ਮੁਆਜ਼ਨਾ ਕਰੋ ਜਿਹੜੇ ਲੋਕਾਂ ਨਾਲ ਮੈਂ ਪੰਜੀ 30 ਸਾਲ ਜਨਬਾ ਕੀਤਾ ਉਹਨਾਂ ਮੜੇ ਖਿਲਾਫ ਚਾਰ ਬੰਦੇ ਖਿਲਾਰੇ ਔਰ ਜਿਸ ਸ਼ਖਸ ਨੇ ਬਕਸੇ ਵੀ ਮੇ ਕਰੇ ਵੋਟ ਵੀ ਨਹੀਂ ਪਾਇਆ ਸਲਾਮ ਦੁਆ ਕੀਤੀ ਹੈ ਇੱਕ ਗੱਲ ਦੀ ਉਸ ਨੂੰ ਮਤਲਬ ਹੈ ਤਾਰੀਫ ਕੀਤੀ ਉਸ ਆਇਆ ਤੁਤ ਪੰਜੀ 30 ਸਾਲ ਦੇ ਅਰਸੇ ਵੀ ਮੜੇ ਬਕਸੇ ਵੀ ਵੋਟ ਤੇ ਨਹੀਂ ਪਾਇਆ ਵਜੀ ਜ਼ਮਾਨ ਖਾਨ ਨੇ ਆਖਿਆ ਲੇਕਿਨ ਤੁਤ ਕਦੇ ਮੜੇ ਖਿਲਾਫ ਕੋਈ ਇਹ ਜੀ ਹਰਕਤ ਵੀ ਨਹੀਂ ਕੀਤੀ ਇਹ ਜੇ ਕੋਈ ਨਾਜ਼ੈਬ ਅਲਫਾਜ਼ ਨਹੀਂ ਇਸਤੇਮਾਲ ਕੀਤਾ ਮੈਂ ਜ਼ਾਤੀ ਤੌਰ ਉਹ ਤਾਂ ਥੋੜਾ ਮਸ਼ਕੂਰ ਹਾਂ ਵਜੀ ਜ਼ਮਾਨ ਖਾਨ ਜਿੰਦਾਬਾਦ ਹਾਂ ਜਿੰਦਾਬਾਦ ਸੈਇਦ ਵਾਜ਼ੀਰ ਅਲੀ ਸ਼ਾਸੌਂ ਜਿੰਦਾਬਾਦ ਮੜੇ ਬਜ਼ੁਰਗੋ ਪਰਾਉ ਹੈ ਜੀ ਲੋਕਾਂ ਕੋ ਪਹਿਚਾਣਨਾ ਚਾਹੀਦੇ ਮੜੇ ਅਗਰ ਨਹੀਂ ਹੋ ਆਕੇ ਉਹ ਕਿਸੇ ਸ਼ਖਸ ਦੇ ਅਗਰੋਰ ਵੀ ਨਹੀਂ ਹੋ ਸਕਤੇ ਮੈਂ ਉਹਨ ਦੀ ਖਾਤਰ ਜੇਲ੍ਹ ਕੋ ਵੀ ਗਿਆ ਉਸ ਦਾ ਬੇਟਾ ਜ ਵਜ਼ਾਦ ਕਰਾਲਨਾ ਚਾਹੁੰਦੇ ਤੇ ਮੈਂ ਉਸ ਕਾ ਬੱਚੇ ਸਬਰ ਕਰ ਜ਼ਰੇ ਕੀ ਇਲੈਕਸ਼ਨ ਤੱਕ ਮੇਰੀ ਪੋਜੀਸ਼ਨ ਨਾਲੇ ਗੱਲ ਨਹੀਂ ਜੁੜਦੀ ਮੜੇ ਖਾਨਦਾਨ ਨਾਲੇ ਗੱਲ ਨਹੀਂ ਜੁੜਦੀ ਕੱਲ ਉਸ ਨਾਲ ਮੜੀ ਦੋਸਤੀ ਆਸੀ ਅੱਜ ਉਸ ਦੀ ਮੈਂ ਕਰਤਾਰ ਕਸ਼ੀ ਕਰਾਂ ਜੇ ਤੁਸੀਂ ਤੇ ਵਰਸੇ ਵੀ ਜਿਗਾ ਲਈ ਦੀ ਤੁਸੀਂ 50 ਸਾਲ ਵੀ ਅਗਰ ਇੱਕ ਆਦਮੀ ਤੋਂ ਨਾਲ ਤਲਾਕ ਹੁੰਦਾ ਤੁਸੀਂ ਉਸ ਦੀ ਇਸ ਕਿਸਮ ਦੀ ਇਸ ਕਿਸਮ ਦੀ ਬਤਖਵਾਈ ਕਰਦੇ ਹੋ ਜਿਹੜੀ ਨਾਕਾਬਲੇ برداشت ਹੁੰਦੀ ਹੈ ਬੱਚਿਆਂ ਕੋ ਅੱਛਾ ਖਾਣਾ ਉਸ ਤੇ ਲਿਓ ਅੱਛੀ تعلیم ਦੇਓ ਲੇਕਿਨ ਉਸ ਕੋ اخلاق اور کردار بھی ਦਸੋ ਆਪਣਾ اخلاق اور کردار ਠੀਕ ਕਰੇ ਉਹ ਬੱਚੇ ਅੱਜ ਕੱਲ ਪੋਜੀਸ਼ਨ ਉਸ ਦੀ ਹੈ ਜੀ ਉਹ ਬਿਲਕੁਲ ذہنی ਤੌਰ ਉੱਤੇ پاگل ਹੋ ਚੁੱਕੇ ਹੈ ਉਹ ਰਾਤੀ ਖواب ਵੀ ਵੀ ਆਤੇ ਯਾਰ ਵਾਜਦ ਸ਼ਾ ਕੋ ਟਿਕਟ ਕਿਉਂ ਚਾਹ ਦਿੱਤਾ ਤੁਸੀਂ ਮੇ ਕੋਈ ਗੱਲ ਦੱਸੋ ਨਾ ਇਲਾਇ ਖਾਨ ਨਾਲ ਮੇਰਾ ਬਿਹਤਰੀਨ ਤਾਲਕਾ ਸਾ ਅੱਜ ਉਸਨ ਡੇਰੇ ਇਲਾਇ ਦੇ ਨਾਲ ਲੋਕਾਂ ਦੀਆਂ ਮੰਤੀਆਂ ਕਰਦੇ ਕੱਲ ਉਸਨੇ ਇੱਕ ਪ੍ਰੋਗਰਾਮਾਂ ਵੀ ਇਹ ਗੱਲ ਕੀਤੀ ਯਾਰ ਸਰਦਾਰ ਸਾਹਿਬ ਦਾ ਫੋਟੋ ਲੱਗੇ ਤੇ ਸਰਦਾਰ ਸਾਹਿਬ ਦੀ ਇਮਾਇਤ ਨਹੀਂ ਉਹ ਬਦਬਖਤ ਇਨਸਾਨ ਕਮਸਕਮ ਉਹ ਗੱਲ ਕਰ ਜਿਹੜੀ ਟੂੜੀ ਪੋਜੀਸ਼ਨ ਨਾਲ ਜੁੜੇ ਮੇ ਤਾਂ ਅੱਜ ਡੇਰੇ ਤੱਕ ਕਿਸੇ ਕਿਸਮ ਦਾ ਕੋਈ ਲਫ਼ਜ਼ ਤੋਂ ਸੋਚਦੇ ਨਹੀਂ ਇਸਤੇਮਾਲ ਕੀਤਾ ਅਗਰ ਸਰਦਾਰ ਸਾਹਿਬ ਬੜੀ ਇਮਾਇਤ ਨਾ ਕਰਦਾ ਤੇ ਮੈਨੂੰ ਟਿਕਟ ਨਾ ਦਿੰਦਾ ਔਰ ਖੁਦਾ ਗਵਾਹ ਹੈ ਮੈਂ ਕਦੀ ਵੀ ਟਿਕਟ ਦੀ ਲਾਈਨ 'ਤੇ ਨਾ ਲੱਗਿਆ ਇਹ ਕਦੀ ਵੀ ਟਿਕਟ ਦੀ ਲਾਈਨ 'ਤੇ ਮੈਂ ਜਾ ਕੇ ਨਹੀਂ ਮੈਂ ਹਮੇਸ਼ਾ ਇਸ ਗੱਲ ਦਾ ਇਨਕਾਰ ਕੀਤਾ ਯਾਰ ਟਿਕਟ ਤੁਸੀਂ ਉਸ ਆਦਮੀਆਂ ਕਦੇ ਉਹ ਜਿਹੜਾ ਤੁਸੀਂ ਪਾਰਟੀ ਵਿੱਚ ਤੁਸ ਤਾਂ ਦੇਰੀ ਨਾ ਸਾਥੀ ਹੈ ਅੱਛੇ ਸਮਝਦਾਰ ਲੋਕ ਹਨ ਤੁਸੀਂ ਪਾਰਟੀ 'ਤੇ ਲੇਕਿਨ ਮੈਂ ਉਹਦੀ ਕੈਪਟਨ ਸਾਹਿਬ ਦੀ ਔਰ ਸਰਦਾਰ ਸਾਹਿਬ ਦੀ ਜ਼ਾਤੀ ਤੌਰ ਉਹਦਾ ਉਸ ਤੇ ਕੰਮ ਕੋ ਦੇਖ ਕੇ ਔਰ ਸਿਆਸੀ ਬਸੀਰਤ ਕੋ ਦੇਖ ਕੇ ਸਰਦਾਰ ਸਾਹਿਬ ਦੀ ਮੈਂ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਉਸ ਦੀ ਵਜ੍ਹਾ ਹੈ ਜੀ ਕੱਲ ਖੁਦਾ ਦਾ ਵੀ ਜਵਾਬ ਦੇਣੇ ਵੋਟ ਇਨਸਾਨ ਦਿੰਦੇ ਕਮ ਵਾਸਤੇ ਇੱਕ ਆਦਮੀ ਕਮ ਕਰ ਦੇ ਮੁਲਕ ਵਾਸਤੇ ਪਾਰਟੀ ਬਿਹਤਰ ਹੈ ਅਲਾਕੀ ਦੀ ਖਿਦਮਤ ਕਰ ਦੇ ਉਸ ਪਾਰਟੀ ਦਾ ਸਾਥ ਦੇਣਾ ਚਾਹੀਦੇ ਜਿੱਥੇ ਤੱਕ ਮੜੀ ਆਪਣੀ ਜ਼ਾਤ ਦਾ ਤਲਕ ਹੈ ਮੜੇ ਬਜ਼ੁਰਗੋ ਭਰਾਓ ਮੈਂ ਦੋ ਦਸਵਾ ਆਪਣੀ ਯੂਸੀ ਦਾ ਨਾਜ਼ਮ ਰਿਹਾ ਅੱਲਾ ਦੀ ਮਿਹਰਬਾਨੀ ਨਾਲ ਸ਼ਰਾਫਤ ਵਿੱਚ ਔਰ ਇਨਸਾਨੀਅਤ ਤਦਾਮਤ ਕਦੇ ਵੀ ਨਹੀਂ ਛੋੜਿਆ उस जिंदा मिसाल है जितने मड़ी यूनियन कौंसल मड़ी कंपेन बगेन सरबलान खान पाथरिया मड़ा लेकिन इसको भी दर्द होया इसके गला यार ये लोग क्या मुखालिफत कर हैं अच्छाई और बुराई बच हर आदमी फर्क कर रखते है ये वोट है इसको बड़ी तरह की गुजारिश है मामूली पर्ची समझ के नहीं इस्तेमाल करना तुम अच्छे लोग हो समझदार लोग हो तुमको को आखने की जरूरत नहीं ये चूंकि तुस तो मरकजी ग्रां है और हमेशा इस ग्रां तो जड़ी आवाज़ उठती है पूरी अग्रोर बिंद जुलती है ਔਰ ਮੈਂ ਤੁਸਾਂ ਦਾ ਇੰਤਿਹਾਈ ਮਸ਼ਕੂਰ ਹਾਂ ਤੁਸਾਂ ਹੱਕ ਦਾ ਸਾਥ ਦਿੱਤੇ ਇਨਸ਼ਾਅੱਲਾ ਮੈਂ ਤੁਸ ਤੇ ਇਤਮਾਦ ਹੋ ਤਾਂ ਪੂਰਾ ਉਤਰ ਸਾਂ ਔਰ ਜਿਹੜੀ ਪਾਰਟੀ ਮੜੇ ਕਾਇਦੀਨ ਸੁਣ ਵਰਤਾ ਜਿਹੜਾ ਤੇ ਇਤਮਾਦ ਕੀਤੇ ਇਨਸ਼ਾਅੱਲਾ ਉਨ ਦੀ ਮੈਂ ਇਤਮਾਦ ਤਾਂ ਪੂਰਾ ਉਤਰ ਸਾਂ ਔਰ ਇਨਸ਼ਾਅੱਲਾ ਤੁਸਾਂ ਨਾਲ ਮੇਰਾ ਰਾਬਤਾ ਵੀ ਹੋ ਸੀ ਤਾਲਕ ਵੀ ਹੋ ਸੀ ਇਨਸ਼ਾਅੱਲਾ ਤੁਸਾਂ ਨਾਲ ਮੈਂ ਖਾਦਮ ਬਣ ਕੇ ਤੁਸਾਂ ਲੋਕਾਂ ਦੀ ਖਿਦਮਤ ਕਰ ਸਾਂ ਕਿਉਂਕਿ ਮੈਂ ਜਿਸ ਕਬੀਲੇ ਨਾਲ ਮੜਾ ਤਾਲਕ ਹੈ ਜਿਸ ਕੌਮ ਨਾਲ ਮੜਾ ਤਾਲਕ ਹੈ ਅਸਤੇ ਕਰੋ ਕਿਸੇ ਕੋ ਬਤ ਖੁਆਈ ਹੋਰ ਕਿਸੇ ਐਸੀ ਗੱਲ ਨਹੀਂ ਮਿਲੀ ਜਿਹੜੀ ਉਸ ਦੀ ਪੋਜੀਸ਼ਨ ਉਸ 'ਤੇ ਫਰਕ ਪਿਆ ਹੋਵੇ ਅਸਾਂ ਬੇਸ਼ਕ ਲੋਕਾਂ ਦੀ ਹਜ਼ਦ ਕੀਤੀ ਹੈ ਲੋਕਾਂ ਦੀ ਖਿਦਮਤ ਕੀਤੀ ਹੈ ਇਨਸ਼ਾਅੱਲਾ ਮੈਂ ਤੁਸਾਂ ਕੋ ਇਹ ਦਾਅਵੇ ਨਾਲੇ ਗੱਲ ਆਖਦਾ ਮੈਂ ਮੜਾ ਖਾਨਦਾਨ ਜਥਾ ਦਾ ਗਸਨ ਦੇ ਰਿਸ਼ਤੇਦਾਰੀ ਹੈ ਬਰਾਦਰੀ ਹੈ ਤੁਸਾਂ ਸਾਰੇ ਲੋਕਾਂ ਦੀ ਮਸ਼ਕੂਰ ਅਤੇ ਮਮਨੂਦ ਅਸੀਂ ਔਰ ਮੇਕ ਉਮੀਦ ਹੈ 31 ਤਾਰੀਖ ਨੂੰ ਤੁਸੀਂ ਸ਼ਹਿਰ ਦਾ ਮੋਹਰ ਲਾ ਕੇ ਮੁਸਲਮਨ ਲੀਗ ਨੂੰ ਦੋਸਤੀ ਦਾ ਸਬੂਤ ਦੇਸੋ ਔਰ ਇਸ ਕੋ ਕਾਮਯਾਬ ਕਰਸੋ ਬੜੀ ਮਿਹਰਬਾਨੀ ਜੀ ਸ਼ੁਕਰੀਆ